ਬੋਦੇ ਨੇੜੇ ਆ ਬਹਿੰਦਾ ਏ, ਜਿਹੜਾ ਰਵੇਗਾ ਦੂਰ ਮੁਹੰਮਦ ਤੋਂ ਰੱਬ ਉਹਦੇ ਕੋਲੋਂ ਦੂਰ ਹੋ ਜਾਂਦਾ ਏ। ਜਦੋਂ ਸੁਣਿਆ ਏ ਕਿੱਸਾ ਕਰਬਲ ਦਾ, ਸੈਦ ਤੇ ਬਸ ਦਿਆਂ ਪੀਰਾਂ ਦਾ, ਹੁਬਦਾਰ ਦੀ ਅੱਖ ਵਿੱਚ ਹੰਝੂਆਂ ਦਾ, ਸਹਿਲਾਬ ਜ਼ਰੂਰ ਆ ਜਾਂਦਾ ਏ। ਉਹਦੇ ਹੁਕਮ ਦੇ ਸੂਰਜ ਕਿਵੇਂ ਮੁੜਿਆ? ਬੇਸ਼ੱਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਮਹਿਲੀ ਪਾਗ ਦੀ ਬਹੁਤ ਆਰਾਮ ਫਰਮਾ ਰਿਹਾ ਸੀ, ਨਮਾਜ਼ ਦੇ ਅਸਰ ਕਦਾ ਹੋਈ, ਐਲੀ ਦੇ ਅਕਸ਼ੋ ਹੰਝੂ ਕਰਿਆ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਚਿਹਰੇ ਤੇ, ਨਬੀ ਬੇਦਾਰ ਹੋਇਆ ਨਹੀਂ ਕਿਉਂ ਰੋ ਰਹੇ ਯਾ ਰਸੂਲੱਲਾਹ, ਨਮਾਜ਼ ਅਸਰ ਕਦਾ ਹੋ ਗਈ, ਅਦਾ ਪਾਣੀ ਕਿਹਾ ਯਾ ਰਸੂਲੱਲਾਹ ਅਦਾ ਪੜਾਓ। ਉਹਦੇ ਹੁਕਮ ਤੇ ਸੂਰਜ ਮੁੜਦਾ ਏ, ਚੰਨ ਟੁਕੜੇ ਹੋ ਕੇ ਜੁੜਦਾ ਏ, ਉਹਦਾ ਹੁਕਮ ਹੋਵੇ ਤੇ ਪੱਥਰਾਂ ਨੂੰ ਬੋਲਣ ਦਾ ਸਹੂਲਾ ਜਾਂਦਾ ਏ। ਮੇਰੇ ਪੈਦਾ ਕਰਨ ਵਾਲੇ ਰੱਬ ਜੇ ਵੇਖਾਂ ਮੈਂ ਆਪਣੇ ਅੰਬਲਾਂ ਵੱਲੇ, ਤੇ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲੇ, ਤੇ ਬੱਲੇ ਬੱਲੇ ਬੱਲੇ।